ਪੇਂਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੰਨਿਓਂ ਜਾਣੀ ਕਿ ਮਿੰਟੂ ਬਰਾੜ ਵੰਨਿਓਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਜਿੱਥੋਂ ਜਿੱਥੋਂ ਜੁੜੇ ਹੋ ਚੜ੍ਹਦੀ ਕਲਾ 'ਚ ਹੋਵੋਗੇ। ਅਸੀਂ ਵੀ ਚੜ੍ਹਦੀ ਕਲਾ 'ਚ ਹਾਂ। ਸਾਊਥ ਆਸਟ੍ਰੇਲੀਆ ਚੜ੍ਹਦੀ ਕਲਾ 'ਚ ਹੀ ਰਹਿੰਦਾ ਤਾਂ ਹੀ ਇਹਨੂੰ ਮੇਲਿਆਂ ਦੀ ਧਰਤੀ ਕਿਹਾ ਜਾਂਦਾ। ਸੋ ਮੇਲੇ ਲੱਗਦੇ ਰਹਿੰਦੇ ਆ ਅਤੇ ਜਦੋਂ ਮੇਲੇ ਲੱਗਦੇ ਅਸੀਂ ਵੀ ਆਰੇ ਲੱਗ ਜਾਂਦੇ ਹਾਂ, ਸਾਨੂੰ ਵੀ ਕੰਮ ਮਿਲ ਜਾਂਦਾ, ਅਸੀਂ ਵੀ ਗੱਲਬਾਤ ਕਰਨ ਜੋਗੇ ਹੋ ਜਾਂਦੇ ਹਾਂ, ਤੁਹਾਡੇ ਤੱਕ ਇਹ ਜਾਣਕਾਰੀ ਲਿਆਉਣ ਜੋਗੇ ਹੋ ਜਾਂਦੇ ਹਾਂ, ਇਹ ਸਾਡੀ ਜ਼ਿੰਮੇਵਾਰੀ ਆ। ਸੋ ਪ੍ਰੋਗਰਾਮ ਆ ਜੀ ਗਤੀਵਿਧੀਆਂ, ਲੋਕਲ ਗਤੀਵਿਧੀਆਂ ਵੀ ਕਹਿ ਦਿੰਦੇ ਹਾਂ ਅਸੀਂ। ਇਹਨਾਂ ਗਤੀਵਿਧੀਆਂ ਦੇ ਤਹਿਤ ਹਰ ਹਫ਼ਤੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ। ਇਸ ਵਾਰ ਜਿਹੜਾ ਪ੍ਰੋਗਰਾਮ ਦੀ ਆਪਾਂ ਗੱਲਬਾਤ ਕਰਨੀ, ਇਹਦੇ 'ਚ ਦਿਨ ਰਹਿ ਗਏ ਮੈਚ ਦੋ ਹੀ, ਪਰ ਫਿਰ ਵੀ ਕੀ ਕਰੀਏ, ਪ੍ਰਬੰਧਕ ਬਿਜੀ ਬਹੁਤ ਸੀ, ਉਹਨਾਂ ਨੂੰ ਬੇਨਤੀ ਕੀਤੀ ਵੀ ਆਓ ਆਪਾਂ ਕੈਮਰੇ 'ਤੇ ਵੀ ਥੋੜ੍ਹੀ ਬਹੁਤ ਜਾਣਕਾਰੀ ਦੇ ਦਈਏ ਤਾਂ ਕਿ ਜਿਹੜੇ ਸਾਡੇ ਦਰਸ਼ਕ ਦੇਖਦੇ ਆ ਅਤੇ ਉਹ ਵੀ ਆ ਸਕਣ, ਬਾਅਦ 'ਚ ਨਾ ਕਹਿਣ ਸਾਨੂੰ ਪਤਾ ਨਹੀਂ ਲੱਗਿਆ, ਅਤੇ ਦੂਜਾ ਉਹਨਾਂ ਨੂੰ ਪਤਾ ਵੀ ਲੱਗੇ ਵੀ ਇਹ ਸਿਸਟਮ ਚੱਲਦਾ ਕੀ ਆ। ਸੋ ਇਹ ਆ ਜੀ ਐਤਕੀ ਦੀ ਜਿਹੜੀ ਮੇਰੀ ਮੁਰਾਦ ਆ ਉਹ ਹੈ ਜੀ ਰੂਹ ਪੰਜਾਬ ਦੀ ਭੰਗੜਾ ਅਕੈਡਮੀ, ਜਿਹੜੀ ਕਿ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਆਪਣਾ ਕਰਦੇ ਰਹਿੰਦੇ ਆ, ਸਾਲਾਨਾ ਫੰਕਸ਼ਨ, ਅਤੇ ਉਹਨਾਂ ਦਾ ਫੰਕਸ਼ਨ ਆ ਉਹ ਆ ਰਿਹਾ ਜੀ। ਸੋ ਉਹਦੇ ਬਾਰੇ 'ਚ ਆਪਣੇ ਨਾਲ ਜਾਣਕਾਰੀ ਦੇਣ ਲਈ ਸਾਰੀ ਟੀਮ ਪਹੁੰਚੀ ਹੋਈ ਆ, ਬਾਈ ਪੰਕਜ ਸ਼ਰਮਾ, ਬਾਈ ਅਨੂਪ ਸ਼ਰਮਾ, ਬਾਈ ਲਾਡੀ ਕੰਬੋਜ ਅਤੇ ਬਾਈ ਪ੍ਰਭ ਰਾਜਪੂਤ, ਚਾਰੋਂ ਸਾਡੇ ਇਸ ਟਾਈਮ ਸਟੂਡੀਓ 'ਚ ਹੈਗੇ ਮੌਜੂਦ ਆ ਜੀ। ਅਤੇ ਆਪਾਂ ਉਹਨਾਂ ਨਾਲ ਵਾਰੀ ਵਾਰੀ ਸਿਰ ਉਹਨਾਂ ਤੋਂ ਗੱਲਬਾਤ ਕਰਨੀ ਹੈ ਅਤੇ ਉਹਨਾਂ ਤੋਂ ਜਾਣਕਾਰੀ ਲੈਣੀ ਹੈ ਤੇਜ਼ ਤਰਾਰ ਅਗਲੇ ਸਿਰਫ 10-15 ਮਿੰਟਾਂ ਦੇ ਵਿੱਚ। ਸੋ ਆਓ ਪਹਿਲਾਂ ਆਪਾਂ ਇਹਨਾਂ ਨੂੰ ਜੀ ਐਂ ਕਹੀਏ ਅਤੇ ਫਿਰ ਆਪਾਂ ਅੱਗੇ ਗੱਲਬਾਤ ਤੋਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਸਮਾਂ ਕੱਢਿਆ। ਮੈਨੂੰ ਪਤਾ ਤੁਹਾਡਾ ਇਸ ਟਾਈਮ ਵੀ ਉਹ ਵਿਆਹ ਬਿੰਨੋ ਕੁੜੀ ਦੇ ਕੰਨ ਵਾਲੀ ਗੱਲ ਨਹੀਂ ਹੁੰਦੀ, ਜਿਹੜੀ ਬੂਹੇ ਖੜੀ ਜੰਨ ਖੜੀ ਆ ਬੂਹੇ, ਤੇ ਤੁਹਾਡੇ ਮੈਨੂੰ ਲੱਗਦਾ ਦਰਸ਼ਕ ਮੈਲਬਨ ਤੋਂ ਚੱਲ ਕੇ ਆ ਵੀ ਗਏ ਆ, ਰਾਹ 'ਚ ਫਿਰਦੇ ਆ, ਮੈਨੂੰ ਕਾਲ ਆਈ ਸੀ। ਹਾਂਜੀ ਹਾਂਜੀ। ਤੇ ਸੋ ਕੀ ਪਹਿਲਾਂ ਤਾਂ ਦੱਸਿਓ ਆਪਣੇ ਸਾਰੇ ਸਮਾਗਮ ਦਾ ਦਰਸ਼ਕਾਂ ਨੂੰ ਵੀ ਕੀ ਹੈਗਾ ਰੂਪਰੇਖਾ। ਸਤਿ ਸ਼੍ਰੀ ਅਕਾਲ ਜੀ, ਮੈਂ ਪੰਕਜ ਸ਼ਰਮਾ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਐਡਲੇਟ ਤੋਂ। ਅਸੀਂ ਆਪਣੀ ਅਕੈਡਮੀ ਪਿਛਲੇ 8 ਸਾਲ ਤੋਂ ਚਲਾ ਰਹੇ ਹਾਂ ਐਡਲੇਟ ਦੇ ਵਿੱਚ, ਜਿਹੜੀ ਕਿ ਆਪਾਂ ਸਿਡਨੀ ਤੋਂ ਸ਼ੁਰੂ ਕਰਕੇ ਇੱਥੇ ਆਏ। ਸੋ ਅਸੀਂ ਹਰ ਸਾਲ ਸਾਡਾ ਇੱਕ ਐਨੂਅਲ ਈਵੈਂਟ ਹੁੰਦਾ ਜਿਹਦਾ ਨਾਮ ਹੈ ਜੀ ਵਿਰਸਾ ਨਾਈਟ, ਜਿਹਦੇ ਵਿੱਚ ਸਾਡੀ ਅਕੈਡਮੀ ਦੇ ਸਾਰੇ ਬੱਚੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੇ ਵੀ ਸਾਡੇ ਕੋਲ ਭੰਗੜਾ ਸਿੱਖਦੇ ਨੇ ਉਹ ਸਾਰੇ ਬੱਚੇ, ਸਾਰੇ ਐਡਲਟਸ ਪਾਰਟੀਸਪੇਟ ਕਰਦੇ ਨੇ ਅਤੇ ਆਪਣੀ ਆਪਣੀ ਕਲਾ ਦਿਖਾਉਂਦੇ ਭਾਜੀ ਜੀ। ਠੀਕ ਹੈ ਜੀ, ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਦਿੰਦੇ ਹਾਂ ਆਪਾਂ, ਸਾ ਜੋ ਆਪਣੇ ਆਉਣ ਸਾਡੇ ਬੱਚਿਆਂ ਦੇ ਵਿੱਚ ਝਾਕਾ ਖੁੱਲ੍ਹੇ। ਬਿਲਕੁਲ ਬਿਲਕੁਲ ਜੀ, ਤਕਰੀਬਨ 8 ਸਾਲ ਤੋਂ ਲਗਾਤਾਰ ਹੀ ਕਰਾ ਰਹੇ ਹਾਂ ਜੀ ਜੀ ਜੀ। ਬਸ ਕੋਵਿਡ ਦੇ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਉਹ ਤਾਂ ਸਾਨੂੰ ਪਤਾ ਹੀ, ਉਹ ਤਾਂ ਸਾਰਿਆਂ ਨਾਲ ਹੀ ਹੋਈ ਸੀ, ਉਹ ਤਾਂ ਦੁਨੀਆ ਖੜ ਗਈ ਸੀ। ਹਾਂਜੀ ਹਾਂਜੀ ਹਾਂਜੀ, ਬਸ ਉਹ ਟਾਈਮ 'ਚ ਅਸੀਂ ਵੀ ਖੜ ਗਏ ਸੀ ਥੋੜ੍ਹਾ ਜਿਹਾ, ਬਟ ਹੁਣ ਪੂਰੇ ਚੌਥੇ ਗੇਅਰ ਦੇ ਵਿੱਚ ਗੱਡੀ ਚੱਲ ਰਹੀ ਹੈ ਜੀ। ਆਪਾਂ ਇਸ ਵਿਰਸੇ ਦੀ ਗੱਲ ਕਰਨ ਤੋਂ, ਨਾਈਟ ਦੀ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਿਓ, 8 ਸਾਲ ਤਾਂ ਤੁਹਾਨੂੰ ਹੋ ਗਏ ਲੱਗੇ ਨੂੰ, ਹੁਣ ਤੱਕ ਕਿੰਨੇ ਕੁ ਬੱਚੇ ਅੰਦਾਜ਼ਾ ਤੁਸੀਂ ਇਸ ਕਰ ਚੁੱਕੇ ਹੋ ਐਜੂਕੇਟ? ਦੇਖੋ ਅਸੀਂ ਹਰ ਸਾਲ ਨਾ ਜਦੋਂ ਵੀ ਕੋਈ ਨਵਾਂ ਬੱਚਾ ਸਾਡੇ ਕੋਲ ਆਉਂਦਾ ਉਹਦਾ ਫਾਰਮ ਭਰਾਉਂਦੇ ਹਾਂ ਜੀ। ਮੇਰੇ ਕੋਲ ਘੱਟੋ ਘੱਟ 700 ਫਾਰਮ ਪਿਆ ਹੋਣਾ। ਅੱਛਾ ਜੀ, ਘਰੇ ਜੀ, ਤੇ ਬਾਕੀ ਬੱਚੇ ਕਈ ਨੇ ਜਿਹੜੇ ਹਰ ਕਿੰਨੇ ਸਾਲਾਂ ਤੋਂ ਸਾਡੇ ਨਾਲ ਜੁੜੇ ਵੀ ਹੋਏ ਨੇ, ਉਹ ਲਗਾਤਾਰ ਆ ਹੀ ਰਹੇ ਨੇ, ਬਟ ਲਗਾਤਾਰ ਹੁਣ ਬੱਚੇ ਆ ਕੇ ਬੱਚੇ ਵੱਡੇ ਹੋ ਜਾਂਦੇ ਨੇ, ਉਹ ਗਾਹ ਨਿਕਲ ਜਾਂਦੇ ਨੇ ਕੁਝ ਆਪਣੇ ਪੜ੍ਹਾਈ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਨਾ। ਅੰਦਾਜ਼ਨ ਇੱਕ ਟਾਈਮ ਤੇ ਕਿੰਨੇ ਕੁ ਬੱਚਿਆਂ ਦਾ ਤੁਸੀਂ ਅਕੋਮੋਡੇਟ ਕਰ ਲੈਂਦੇ ਹੋ? ਅਸੀਂ ਸਾਡੀ ਕੋਸ਼ਿਸ਼, ਸਾਡਾ ਸਿਸਟਮ ਇਹ ਕਰਦੇ ਜੀ, ਦੇਖੋ ਜਿਹੜਾ ਤਾਂ ਬਿਗਨਰ ਗਰੁੱਪ ਹੁੰਦਾ, ਜਿਹੜੇ ਬੱਚੇ ਬਿਲਕੁਲ ਛੋਟੇ ਨੇ ਜਿਹਨਾਂ ਨੇ ਕਦੇ ਭੰਗੜਾ ਨਹੀਂ ਪਾਇਆ, ਕਦੇ ਸਿੱਖਿਆ ਨਹੀਂ, ਉਹਨਾਂ ਬੱਚਿਆਂ ਦੀ ਕਲਾਸ ਦਾ ਜਿਹੜਾ ਵੋਲਿਊਮ ਉਹ ਜ਼ਿਆਦਾ ਹੁੰਦਾ, ਕਿਉਂਕਿ ਸਾਡੇ ਕੋਲ ਬਹੁਤ ਇਨਕੁਆਇਰੀਆਂ ਹਰ ਟਰਮ ਦੇ ਵਿੱਚ ਆਉਂਦੀਆਂ, ਕਈ ਵਾਰੀ ਸਾਨੂੰ ਹੱਥ ਜੋੜ ਕੇ ਮਾਫ਼ੀ ਵੀ ਮੰਗਣੀ ਪੈਂਦੀ ਹੈ ਕਿ ਵੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਹੁਣ ਸਿਖਾਉਣ ਨੂੰ ਨਾ। ਬਟ ਉਸ ਤੋਂ ਇਲਾਵਾ ਸਾਡੇ ਕੋਲ 7-8 ਗਰੁੱਪ ਹੋਰ ਚੱਲਦੇ ਨੇ, ਜਿਹਦੇ ਵਿੱਚ ਐਵਰੇਜ ਲਗਾ ਲਓ 10-12 or 16 ਬੱਚੇ ਇੱਕ ਅੱਧੇ ਗਰੁੱਪ ਵਿੱਚ ਹੁੰਦੇ ਨੇ। 10-12 ਗਰੁੱਪ ਹਰ ਟਾਈਮ ਚੱਲਦੇ ਰਹਿੰਦੇ ਆ। ਇਹਦਾ ਵੀ ਕੋਈ ਸੀਜ਼ਨ ਵੀ ਹੈ ਗੇਮਾਂ ਵਾਂਗੂ, ਜਿਵੇਂ ਗੇਮਾਂ ਇੱਥੇ ਕਈ ਗੇਮਾਂ ਸਿਆਲਾਂ 'ਚ ਹੀ ਹੁੰਦੀਆਂ ਕੁਛ ਇੱਦਾਂ ਕਰਕੇ?
ਨਾ ਜੀ ਭੰਗੜੇ ਦਾ ਕੋਈ ਸੀਜ਼ਨ ਕੋਈ ਸੀਜ਼ਨ ਨਹੀਂ ਹੈ, ਸਾਰਾ ਸਾਲ ਹੀ ਪਾਉਣੇ, ਸਾਰਾ ਸਾਲ ਜੀ। ਆਪਣੇ ਪੰਜਾਬੀਆਂ ਦਾ ਦੇਖੋ ਜੀ, ਆਪਾਂ ਨੂੰ ਤਾਂ ਨੱਚਣ ਗਾਉਣ ਦਾ ਸ਼ੌਂਕ ਪੂਰਾ, ਬਿਲਕੁਲ। ਅਤੇ ਜਦੋਂ ਵੀ ਕਿਸੇ ਮਾਂ ਬਾਪ ਨੂੰ ਲੱਗਦਾ ਕਿ ਨਹੀਂ ਆ ਮੇਰਾ ਬੱਚਾ ਥੋੜ੍ਹਾ ਸਿੱਖੇ ਹੁਣ ਆਪਣੇ ਭੰਗੜੇ ਭੁੰਗੜੇ ਨਾਲ ਜੁੜੇ, ਕੋਈ ਗਿੱਧਾ ਪਾਵੇ ਕੁੜੀ ਸਾਡੀ ਨਾ, ਅਤੇ ਉਹ ਸਾਨੂੰ ਅਪਰੋਚ ਕਰ ਦਿੰਦੇ ਫਿਰ ਆਪਾਂ ਉਹਨਾਂ ਨੂੰ। ਸ਼ੁਰੂਆਤੀ ਦੌਰ ਦੇ ਵਿੱਚ ਮੈਨੂੰ ਜਿੱਥੇ ਤੱਕ ਪਤਾ, ਮੈਂ ਵੀ ਦੇਖਦਾ ਰਿਹਾ, ਢੋਲੀ ਵੀ ਨਹੀਂ ਮਿਲਦਾ ਹੁੰਦਾ ਸੀ, ਬਹੁਤ ਸਾਰੀਆਂ ਸਾਧਨ ਨਹੀਂ ਸੀ, ਹੁਣ ਕੋਈ ਸੁਖਾਲਾ ਹੋ ਗਿਆ ਜਨਤਾ ਬਦਲ ਨਾਲ? ਢੋਲੀ ਵਾਲਾ ਸੈਕਸ਼ਨ ਹਾਲੇ ਵੀ ਥੋੜ੍ਹਾ ਜਿਹਾ ਵੀਕ ਹੈ ਜੀ ਸਾਡੇ, ਹੁਣ ਐਡਲੇਡ 'ਚ ਖਾਸ ਕਰਕੇ ਬਹੁਤ ਘੱਟ ਹੈ। ਐਡਲੇਡ 'ਚ ਸਾਡੇ ਹਰਿੰਦਰ ਬਾਈ ਨੇ ਮਲਵਈ ਭੰਗੜਾ ਅਕੈਡਮੀ ਵਾਲੇ, ਉਹ ਵਜਾਉਂਦੇ ਨੇ, ਪਰ ਮੈਨੂੰ ਪਤਾ ਨਹੀਂ ਉਹ ਸਿਖਾਉਂਦੇ ਕਿ ਨਹੀਂ ਕਿਸੇ ਨੂੰ ਢੋਲ ਦੇ। ਅਤੇ ਪਰ ਉਸ ਤੋਂ ਇਲਾਵਾ ਇੱਕ ਦੋ ਹੈਗੇ ਨੇ ਜਾਣੇ ਹੋਰ, ਇੱਕ ਸਾਊਥ ਇੰਡੀਅਨ ਆਪਣੇ, ਪਰ ਤੁਸੀਂ ਉਹਨਾਂ ਤੋਂ ਪੰਜਾਬੀ ਤਰੀਕੇ ਨਾਲ ਭੰਗੜਾ ਸਿੱਖਣਾ ਐਕਸਪੈਕਟ ਨਹੀਂ ਕਰ ਸਕਦੇ। ਸੋ ਭੰਗੜੇ ਦੀ ਇਹ ਸਾਨੂੰ ਹਾਲੇ ਥੋੜ੍ਹੀ ਜਿਹੀ ਕਮੀ ਫੀਲ ਹੁੰਦੀ ਹੈ ਵੀ ਢੋਲ ਵਾਲਾ ਕੋਈ ਆਪਣੇ ਕੋਲ ਹੈਗਾ ਨਹੀਂ ਜਿਹੜਾ ਭੰਗੜੇ 'ਤੇ ਢੋਲ 'ਤੇ ਭੰਗੜਾ ਸਿਖਾ ਸਕੇ। ਸੋ ਐਤਕੀ ਦੀ ਜਿਹੜੀ ਆਪਣੀ ਵਿਰਸਾ ਨਾਈਟ ਆ, ਇਹਦੇ ਕੀ ਰੂਪ ਰੇਖਾ ਤੁਸੀਂ ਦੱਸਣਾ ਚਾਹੋਗੇ? ਐਤਕੀ ਭਾਅ ਜੀ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਜਿੰਨਾ ਹੋ ਸਕੇ ਸਤਿਕਾਰ ਦੇ ਸਕੇ ਜੀ। ਅਤੇ ਸਾਡਾ ਤੁਸੀਂ ਸਾਡੇ ਪੋਸਟਰਸ ਜਾਂ ਜਿਹੜੀ ਵੀ ਅਸੀਂ ਜਿਹੜੇ ਸਾਡੇ ਸਪੋਰਟਰਸ ਹੈ ਉਹਦੇ ਉਹਨਾਂ ਦੇ ਜਿਹੜੇ ਪੋਸਟਰਸ ਹੈ ਸਾਰੇ ਤੁਸੀਂ ਦੇਖੋਗੇ ਪੰਜਾਬੀ 'ਚ, ਅਸੀਂ ਕੋਸ਼ਿਸ਼ ਕੀਤੀ ਕਿ ਉਹ ਲਿਖੀਏ। ਅਤੇ ਸਾਡਾ ਇੱਕ ਸਪੈਸ਼ਲੀ ਇੱਕ ਅਸੀਂ ਪਰਫੋਰਮੈਂਸ ਕਰਵਾ ਰਹੇ ਹਾਂ ਜਿਹਦਾ ਨਾਂ ਹੈ ਗੁਰਮੁਖੀ ਦਾ ਬੇਟਾ। ਅੱਛਾ ਜੀ। ਉਹ ਸਪੈਸ਼ਲੀ ਅਸੀਂ ਡੈਡੀਕੇਟ ਕੀਤੀ ਆਪਣੀ ਪੰਜਾਬੀ ਮਾਂ ਬੋਲੀ ਨੂੰ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਅਸੀਂ ਅਕੈਡਮੀ ਵੀ ਸਿਖਾਉਂਦੇ ਹਾਂ ਜਦ ਵੀ ਅਸੀਂ ਨਿਆਣਿਆਂ ਨੂੰ, ਅਸੀਂ ਇਹੀ ਕਹਿੰਦੇ ਹਾਂ ਕਿ ਜਦ ਤੁਸੀਂ ਅਕੈਡਮੀ ਦੇ ਅੰਦਰ ਆ ਗਏ ਹੋ ਇੱਕ ਵਾਰੀ, ਇੱਧਰ ਇੰਗਲਿਸ਼ ਨਹੀਂ ਬੋਲਣੀ, ਇੱਧਰ ਸਿਰਫ ਤੁਸੀਂ ਪੰਜਾਬੀ 'ਚ ਗੱਲ ਕਰਨੀ ਹੈ, ਤਾਂ ਕਿ ਤੁਸੀਂ ਪੰਜਾਬੀ 'ਚ ਕੰਫਰਟੇਬਲ ਹੋ ਸਕੋ। ਅਤੇ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਅਸੀਂ ਜਿੰਨਾ ਹੋ ਸਕੇ ਉਹਨਾਂ ਨੂੰ ਪੰਜਾਬੀ ਵੱਲ ਜ਼ਿਆਦਾ ਫੋਕਸ ਕਰਨ ਨੂੰ ਅਸੀਂ ਪ੍ਰੇਰਿਤ ਕਰੀਏ ਉਹਨਾਂ। ਬਹੁਤ ਵਧੀਆ, ਬਹੁਤ ਵਧੀਆ। ਲਾਡੀ ਬਾਈ ਕੀ ਕਿੰਨੇ ਚਿਰ ਦਾ ਹੋਊਗਾ ਪ੍ਰੋਗਰਾਮ, ਕਿੰਨਾ ਟਾਈਮ ਲੱਗੂਗਾ, ਕੀ ਉਹਦੇ ਵਿੱਚ ਗਾਂ ਆਈਟਮਸ ਹੋਣਗੀਆਂ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰੋਗਰਾਮ 5 ਵਜੇ ਦਾ ਟਾਈਮਿੰਗ ਹੈ ਆਪਣੀ, ਜਿਵੇਂ 5 ਵਜੇ ਤੋਂ ਪਹਿਲਾਂ ਛੋਟਾ ਜਿਹਾ ਟ੍ਰੇਲਰ ਦਿਖਾਵਾਂਗੇ ਆਪਾਂ 2023 ਦਾ। ਅੱਛਾ। ਅਸੀਂ ਮਤਲਬ ਕਿ ਜਿਵੇਂ ਲੇਆਊਟ ਬਣਾਇਆ ਜੀ, 2023 ਦਾ ਪਹਿਲਾਂ ਟ੍ਰੇਲਰ ਦਿਖਾਵਾਂਗੇ ਵੀ ਪਿੱਛੇ ਕੀ ਸੀਗਾ, ਉਹਦੀ ਵੀਡੀਓ ਦਿਖਾਵਾਂਗੇ, ਉਸ ਤੋਂ ਬਾਅਦ ਵਿੱਚ ਫਿਰ 2024 ਦੀ ਦਿਖਾਵਾਂਗੇ ਜਿਹੜੀ ਆਪਾਂ ਪ੍ਰੈਕਟਿਸ ਕੀਤੀ ਹੈਗੀ ਆ ਸਾਰੀ ਅਕੈਡਮੀ 'ਚ, ਚਾਰ ਮਹੀਨੇ ਜਿਹੜੇ ਪ੍ਰੈਕਟਿਸ ਕੀਤੀ ਆ, ਫਿਰ ਉਹਦਾ ਇੱਕ ਛੋਟਾ ਜਿਹਾ ਟ੍ਰੇਲਰ ਬਣਾਇਆ, ਫਿਰ ਉਹ ਦਿਖਾਵਾਂਗੇ ਸਕਰੀਨ 'ਤੇ। ਇਸੇ ਕਰਕੇ ਸਾਨੂੰ ਇਹ ਵੈਨਿਊ ਚੂਜ਼ ਕਰਨਾ ਪਿਆ ਕਿ ਅਸੀਂ ਮਤਲਬ ਕਿ ਐਜ਼ ਕਿ ਪਿੱਛੇ ਪ੍ਰੋਪਰ ਦਿਖਾਉਣਾ ਵੀ ਮਤਲਬ ਕਿ ਕਿਵੇਂ ਰਨ ਕੀਤਾ ਸਾਰਾ ਪ੍ਰੋਗਰਾਮ, ਉਹਦਾ ਕਰਕੇ ਇਹ ਵੈਨਿਊ ਲੈਣਾ ਪਿਆ। ਇਸ ਕਰਕੇ ਵੈਨਿਊ ਮਹਿੰਗਾ ਵੀ ਬਹੁਤ, ਇਸੇ ਕਰਕੇ ਸਾਨੂੰ ਮਹਿੰਗਾ ਵੈਨਿਊ ਚੂਜ਼ ਕਰਨਾ ਪਿਆ ਕਿਉਂਕਿ ਵੈਨਿਊ ਹੈ ਨਹੀਂ ਸਕਰੀਨ ਵਾਲੇ ਜ਼ਿਆਦਾ ਇੱਥੇ, ਹੈ ਨਾ ਜੀ ਜੀ। ਅਤੇ ਉਹ ਦਿਖਾ ਕੇ ਉਸ ਤੋਂ ਬਾਅਦ 5:30 ਸਾਡੀ ਪਹਿਲੀ ਪਰਫੋਰਮੈਂਸ ਜਿਹੜੀ ਸ਼ੁਰੂ ਹੋ ਜਾਊਗੀ, ਅਤੇ ਲਾਸਟ ਪਰਫੋਰਮੈਂਸ ਜਿਹੜੀ ਅਸੀਂ ਜਿਹੜੇ ਸਾਡਾ ਲੇਆਊਟ ਬਣਿਆ, ਜੇ ਆਡੀਅੰਸ ਸਾਰੀ ਟਾਈਮ ਸਰ ਆ ਜਾਂਦੀ ਹੈ ਤਾਂ 10:10 'ਤੇ ਲਾਸਟ ਪਰਫੋਰਮੈਂਸ ਹੋਊਗੀ ਜਿਹੜੀ ਸੀਨੀਅਰ ਟੀਮ ਸਾਡੀ ਕਰ ਰਹੀ ਹੈ। ਜੇ ਆਡੀਅੰਸ ਥੋੜ੍ਹੀ ਲੇਟ ਆਈ ਉੱਪਰ ਥੱਲੇ ਹੋਜੂ, ਵੈਸੇ ਅਸੀਂ ਲੇਟ ਕਰਨਾ ਨਹੀਂ ਕਿਉਂਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਪੱਗਾਂ ਬੰਨੀਆਂ ਹੋਣਗੀਆਂ, ਅਰਾਊਂਡ 50 ਬੱਚੇ ਆ ਜਿਹੜੇ ਛੋਟੇ ਆ, 5 ਤੋਂ 7-8-10 ਸਾਲ ਦੀ ਏਜ ਵਾਲੇ, ਅਤੇ ਉਹਨਾਂ ਦੀ ਜੇ ਪੱਗਾਂ ਤਾਂ ਅਸੀਂ ਲਾ ਲਓ 5 ਵਜੇ ਬੰਨਤੀਆਂ, ਤਾਂ ਉਹਨਾਂ ਨੂੰ ਟਰੋਫੀਆਂ 10 ਵਜੇ ਮਿਲਣਗੀਆਂ ਪ੍ਰਾਈਜ਼, ਅਤੇ ਉਹ ਉਹਨਾਂ ਨੂੰ ਔਖਾ ਹੋ ਜਾਣਾ ਬੈਠਣਾ। ਅਤੇ ਪ੍ਰੋਗਰਾਮ ਤਾਂ ਅਸੀਂ ਨਹੀਂ ਲੇਟ ਕਰਨਾ, ਉਹਦੇ ਵਿੱਚ ਆਡੀਅੰਸ 'ਚ ਘੱਟ ਵੀ ਹੋਵੇ ਚਲੋ ਨਾ ਥੋੜ੍ਹਾ ਜਿਹਾ, ਅਤੇ ਉਹ ਪਰ ਪ੍ਰੋਗਰਾਮ ਤਾਂ ਸ਼ੁਰੂ ਕਰਾਂਗੇ ਟਾਈਮ ਨਾਲ ਹੀ, ਅਤੇ ਮੰਨ ਕੇ ਚਲੋ ਵੀ 10-10 'ਤੇ ਪ੍ਰੋਗਰਾਮ ਜਿਹੜਾ ਉਹ ਆਪਣਾ ਲਾਸਟ ਪਰਫੋਰਮੈਂਸ ਆ। ਅਤੇ ਇੱਕ ਅਸੀਂ ਚੀਜ਼ ਇਸ ਵਾਰ ਹੋਰ ਰੱਖੀ ਆ, ਉਹ ਪੰਕਜ ਭਾਈ ਹੁਣੀ ਦੱਸਣਗੇ ਥੋੜ੍ਹਾ ਡਿਟੇਲ 'ਚ ਜੀ। ਬਿਲਕੁਲ, ਹੋਰ ਵੀ ਬਹੁਤ ਚੀਜ਼ਾਂ ਵਾ, ਇੱਕ ਇੱਕ ਕਰਕੇ ਦੱਸ ਦਿੰਦੇ ਹਾਂ, ਪੰਕਜ ਭਾਈ ਦੱਸਣਗੇ। ਹਾਂਜੀ ਮਿੰਟੂ ਭਾਅ ਜੀ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵੀ ਆਪਾਂ
ਹਮੇਸ਼ਾ ਆਪਣੇ ਪ੍ਰੋਗਰਾਮ ਵਿੱਚ ਨਾ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਲੈ ਕੇ ਆਈਏ। ਬਿਲਕੁਲ, ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਆਫਟਰ ਆਲ ਆਡੀਅੰਸ ਹੀ ਆ, ਅਸੀਂ ਚਾਹੁੰਦੇ ਨਹੀਂ ਕੋਈ ਬੰਦਾ ਬੋਰ ਹੋ ਜਾਵੇ ਉੱਥੇ ਆ ਕੇ। ਬਿਲਕੁਲ ਬਿਲਕੁਲ, ਕਿ ਵੀ ਖਾਲੀ ਭੰਗੜਾ ਪੈ ਰਿਹਾ ਜਾਂ ਖਾਲੀ ਗਿੱਧੇ ਦੀਆਂ ਪਰਫੋਰਮੈਂਸਿਸ ਹੋ ਰਹੀਆਂ, ਆਪਣਾ ਸਾਡੀ ਕੋਸ਼ਿਸ਼ ਵੀ ਉਸ ਪਰਫੋਰਮੈਂਸ ਵਿੱਚ ਕੁਛ ਨਾ ਕੁਛ ਸੰਦੇਸ਼ ਜ਼ਰੂਰ ਦਈਏ, ਉਸ ਨੂੰ ਹਮੇਸ਼ਾ ਦਿਮਾਗ 'ਚ ਰੱਖ ਕੇ ਆਪਾਂ ਚੱਲਦੇ ਹਾਂ। ਅਤੇ ਪਰਫੋਰਮੈਂਸਾਂ ਦੀ ਤਾਂ ਆਹ ਗੱਲ ਹੋ ਗਈ। ਦੂਸਰਾ, ਇਸ ਵਾਰੀ ਆਪਾਂ ਇੱਕ ਨਵੀਂ ਚੀਜ਼ ਕਰ ਰਹੇ ਕਿ ਵੀ ਜਿਵੇਂ ਸਾਨੂੰ 8 ਸਾਲ ਹੋ ਗਏ, ਉਹ ਤਾਂ ਜਿਵੇਂ ਸਿਡਨੀ ਵਾਲਾ ਟਾਈਮ ਵੀ ਗਿਣੇ ਤਾਂ ਕੋਈ 15 ਸਾਲ ਹੋ ਗਏ ਭੰਗੜੇ ਦੇ ਨਾਲ ਜੁੜੇ ਜੀ ਸਾਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ। ਸੋ ਅਸੀਂ ਇਸ ਵਾਰੀ ਕੋਸ਼ਿਸ਼ ਕੀਤੀ ਕਿ ਵੀ ਕਾਫੀ ਲੋਕ ਆਪਣੇ ਪੰਜਾਬੀ ਇਸ ਵਾਰੀ 2-3 ਸਾਲਾਂ ਤੋਂ ਲਾ ਲਓ ਜਿਹੜੇ ਨਾ ਬਹੁਤ ਵੱਧ ਚੜ੍ਹ ਕੇ ਅੱਗੇ ਆ ਰਹੇ ਨੇ, ਜਿਨ੍ਹਾਂ ਨੇ ਪੰਜਾਬੀ ਵਿਰਸੇ ਵਾਸਤੇ ਜਾਂ ਪੰਜਾਬੀ ਬੋਲੀ ਵਾਸਤੇ ਬੜੇ ਵਧੀਆ ਉੱਦਮ ਕੀਤੇ ਨੇ ਜੀ ਜੀ, ਠੀਕ ਹੈ ਜੀ। ਅਤੇ ਉਸ ਨੂੰ ਸੋਚ ਕੇ ਸਾਡੀ ਟੀਮ ਨੇ ਸਲਾਹ ਕੀਤੀ ਕਿ ਵੀ ਕਿਉਂ ਨਾ ਆਪਾਂ ਵੀ ਇੱਕ ਰੂਹ ਪੰਜਾਬ ਦੀ ਅਵਾਰਡ ਇੱਕ ਐਸੀ ਸ਼ਖਸੀਅਤ ਨੂੰ ਦਿੱਤਾ ਜਾਵੇ ਕਿ ਜਿਹੜਾ ਇਸ ਆਪਣੇ ਸੈਲਫਲੈਸ ਹੋ ਕੇ ਵੀ ਬਿਲਕੁਲ ਆਪਣੇ ਆਪ ਨੂੰ ਭੁੱਲ ਕੇ ਬਿਨਾਂ ਪੈਸੇ ਦੀ ਲਾਲਚ ਵਿੱਚ ਵੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਹੋਵੇ। ਬਹੁਤ ਵਧੀਆ, ਬਹੁਤ ਵਧੀਆ ਉਪਰਾਲਾ। ਅਤੇ ਉਹ ਚੀਜ਼ ਨੂੰ ਰੱਖ ਕੇ ਅਸੀਂ ਇੱਕ ਅਵਾਰਡ ਅਸੀਂ ਸੋਚਿਆ, ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਇਸ ਸਾਲ। ਬਹੁਤ ਵਧੀਆ, ਸਾਨੂੰ ਕਾਫੀ ਲੋਕਾਂ ਦੇ ਸੁਜੈਸ਼ਨ ਵੀ ਆਏ, ਮੈਸੇਜ ਆਏ ਨੇ ਸਾਡੇ ਫੇਸਬੁੱਕ ਅਕਾਊਂਟ 'ਤੇ, ਕਿਉਂਕਿ ਅਸੀਂ ਪੁੱਛਿਆ ਸੀ ਵੀ ਤੁਹਾਨੂੰ ਕੀ ਲੱਗਦਾ ਐਡਲੇਡ ਦੇ ਵਿੱਚ ਕੋਈ ਸ਼ਖਸੀਅਤ ਦਾ ਨਾਂ ਦੱਸੋ ਸਾਨੂੰ। ਜੀ ਜੀ, ਕਿਉਂਕਿ ਲੋਕਾਂ ਦੇ ਵਿੱਚ ਕੀ ਹੁੰਦਾ ਕਿ ਵੀ ਆਮ ਘਰਾਂ ਦੇ ਵਿੱਚ ਜੋ ਨਾਮ ਜੋ ਲੋਕ ਯਾਦ ਆਮ ਗੱਲਬਾਤ ਕਰਦੇ ਨੇ ਉਹਨੂੰ ਜ਼ਿਆਦਾ ਪਤਾ ਹੁੰਦਾ। ਬਿਲਕੁਲ ਬਿਲਕੁਲ, ਕਿਉਂਕਿ ਆਪਣੇ ਆਪ ਨੂੰ ਤਾਂ ਸਰਕਲ 'ਚ ਹੁੰਦਾ ਕਿ ਯਾਰ ਆਹ ਵਧੀਆ ਕਰਦਾ ਉਹ ਕਦੇ, ਕਈ ਵਾਰੀ ਐਸੀ ਸ਼ਖਸੀਅਤ ਸਾਡੇ ਸਾਹਮਣੇ ਆ ਜਾਂਦੀ ਜਿਹਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ। ਬਿਲਕੁਲ ਜੀ, ਸੋ ਕਾਫੀ ਲੋਕਾਂ ਦੇ ਸੁਜੈਸ਼ਨ ਸਾਨੂੰ ਆਏ ਜੀ ਜੀ, ਅਤੇ ਉਹਨਾਂ ਸੁਜੈਸ਼ਨਾਂ 'ਤੇ ਵਿਚਾਰ ਕਰਕੇ ਹਾਲੇ ਵੀ ਆ ਰਿਹਾ ਬੇਸਿਕਲੀ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਕਿ ਵੀ ਇੱਕ ਰਾਈਟ ਪਰਸਨ ਜੋ ਡਿਜ਼ਰਵ ਕਰਦਾ ਇਸ ਵਾਰੀ ਅਸੀਂ ਉਹਨਾਂ ਨੂੰ ਸਤਿਕਾਰ ਨਾਲ। ਇਹ ਜ਼ਰੂਰੀ ਸੀ, ਜੇ ਕੋਈ ਇੱਥੇ ਲੋਕ ਕੰਮ ਕਰਦੇ ਨਾ ਉਹਨਾਂ ਨੂੰ ਸਾਨੂੰ ਹੱਲਾਸ਼ੇਰੀ ਦੇਣਾ, ਹੱਲਾਸ਼ੇਰੀ ਚਾਹੀਦਾ। ਅਸੀਂ ਵੀ ਤੁਹਾਨੂੰ ਪਹਿਲਾਂ ਵੀ ਆਫ ਦਾ ਕੈਮਰਾ ਵੀ ਤੁਹਾਨੂੰ ਰਿਕੁਐਸਟ ਕੀਤੀ ਸੀ, ਅਸੀਂ ਵੀ ਇਹ ਪਲੇਟਫਾਰਮ ਸਿਰਫ ਇਸੇ ਲਈ ਬਣਾਇਆ ਵੀ ਆਪਾਂ ਲੋਕਲ ਲੋਕ ਜਿੰਨੇ ਵੀ ਸੱਜਣ ਮਿੱਤਰ ਉਹਨਾਂ ਦੀ ਹੱਲਾਸ਼ੇਰੀ ਕਰੀਏ। ਅਤੇ ਅਸੀਂ ਇਹ ਵੀ ਇਹਨਾਂ ਨਾਲ ਵਾਅਦਾ ਕੀਤਾ ਸੀ ਅਕੈਡਮੀ ਨਾਲ ਜਦੋਂ ਇਹ ਅਸੀਂ ਇਹ ਸਟੂਡੀਓ ਨੂੰ ਹਜੇ ਲੀਕ ਰਹੇ ਸੀ, ਉਸੇ ਦਿਨ ਹੀ ਅਸੀਂ ਵਾਅਦਾ ਕਰ ਲਿਆ ਸੀ ਵੀ ਜੋ ਵੀ ਬੱਚਾ ਕੋਈ ਐਕਸਟਰਾ ਆਰਡੀਨਰੀ ਪਰਫੋਰਮ ਕਰਦਾ ਤੇ ਉਹਨੂੰ ਵੀ ਆਪਾਂ ਇਸ ਪਲੇਟਫਾਰਮ ਤੇ ਲਿਆਇਆ ਕਰਾਂਗੇ। ਇਹ ਵੀ ਇੱਕ ਕਿਸਮ ਦਾ ਅਵਾਰਡ ਹੈ ਜੀ, ਤੇ ਬੱਚਿਆਂ 'ਚ ਇੱਕ ਹੱਲਾਸ਼ੇਰੀ ਦਾ ਇੱਕ ਤਰੀਕਾ। ਸੋ ਬਹੁਤ ਵਧੀਆ, ਇਹ ਤਾਂ ਤੁਹਾਡਾ ਜਿਹੜਾ ਮੈਨੂੰ ਕਨਸੈਪਟ ਲੱਗਿਆ, ਪਰ ਮੈਂ ਥੋੜ੍ਹੀ ਜਿਹੀ ਲਾਡੀ ਬਾਈ ਵਾਲੀ ਗੱਲ ਦੇ ਵਿੱਚ ਥੋੜ੍ਹੀ ਜਿਹੀ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗਾ, ਕਿਉਂਕਿ ਪਿਛਲੇ 2 ਦਹਾਕਿਆਂ ਦਾ ਮੇਰਾ ਜਿਹੜਾ ਇੱਥੋਂ ਦਾ ਐਕਸਪੀਰੀਅੰਸ ਆ ਉਹ ਇਹ ਕਹਿੰਦਾ ਵੀ ਟਾਈਮ ਸਿਰ ਲੋਕਾਂ ਦਾ ਅਤੇ ਆਪਣਿਆਂ ਦਾ ਪਹੁੰਚ ਜਾਣਾ ਬਹੁਤ ਵੱਡਾ ਇੱਕ ਮਜ਼ਾਕ ਅਤੇ ਚੁਟਕਲਾ। ਅਤੇ ਪਰ ਜਿਹੜੀ ਬਾਈ ਜੀ ਨੇ ਰਿਕੁਐਸਟ ਕੀਤੀ ਆ ਵੀ ਭਾਈ ਜੇਕਰ ਤੁਸੀਂ ਟਾਈਮ ਸਿਰ ਨਹੀਂ ਆਉਂਦੇ ਤਾਂ ਬੱਚੇ ਛੋਟੇ ਛੋਟੇ ਬੱਚੇ 5-5 ਘੰਟੇ ਨਹੀਂ ਇੱਦਾਂ ਉਹ ਰਹਿ ਸਕਦੇ ਇੱਕ ਡਰੈਸ ਦੇ ਵਿੱਚ ਹੋ ਕੇ, ਕਾਫੀ ਮੁਸ਼ਕਲ ਹੁੰਦਾ। ਹਾਂਜੀ ਭਾਈ, ਅਤੇ ਸੋ ਬੇਨਤੀ ਹੈ ਜੀ ਆਓ ਆਪਾਂ ਰਲ ਮਿਲ ਕੇ, ਆਪਾਂ ਹੀ ਇਹ ਮਿੱਥ ਬਣਾਈ ਆ ਵੀ ਅਸੀਂ ਸਮੇਂ ਦੇ ਪਾਬੰਦ ਨਹੀਂ, ਆਓ ਆਪਾਂ ਹੀ ਇਹ ਮਿੱਥ ਤੋੜ ਦਈਏ ਅਤੇ ਆਪਾਂ ਪਹਿਲੀ ਵਾਰ ਇਹ ਕਰੀਏ ਵੀ ਉਹਨੂੰ 5:30 ਜੇ ਸ਼ੁਰੂ ਹੋ ਰਿਹਾ ਤਾਂ 5:30 ਹੀ ਸ਼ੁਰੂ ਹੋਵੇ। ਅਤੇ ਮੈਂ ਤੁਹਾਨੂੰ ਵੀ ਰਿਕੁਐਸਟ ਕਰੂੰਗਾ, ਦਰਸ਼ਕਾਂ ਨੂੰ ਤਾਂ ਕਰਤੀ ਆ ਵੀ ਚਾਹੇ ਉੱਥੇ ਕੁਰਸੀ 'ਤੇ ਮੂਹਰੇ ਇਕੱਲਾ ਇੱਕ ਬੰਦਾ ਬੈਠਾ ਹੋਵੇ, ਉਹ ਇੱਕ ਪਤਾ ਕੌਣ, ਉਹ ਮੈਂ ਤਾਂ ਆ ਹੀ ਜਾਊਂਗਾ ਟਾਈਮ ਸਿਰ, ਮੈਂ ਤਾਂ ਕਹਿਣਾ ਤਾਂ ਵੀ ਸ਼ੁਰੂ ਕਰ ਦਿਓ, ਆਪੇ ਫਿਰ ਲੋਕ ਉਹਦਾ ਉਹਨਾਂ ਨੂੰ ਸਮਝ ਆ ਜਾਂਦੀ ਹੈ। ਨਹੀਂ ਉਹ ਸਾਨੂੰ ਸ਼ੁਰੂ ਕਰਨਾ ਹੀ ਪੈਣਾ, ਕਿਉਂਕਿ ਅਸੀਂ ਜਦੋਂ ਲੇਆਊਟ ਬਣਾਉਂਦੇ ਸੀਗੇ ਤਾਂ ਅਸੀਂ ਬੜੀ ਟਰਾਈ ਕੀਤੀ ਵੀ ਸ਼ੋਰਟ ਕਿਵੇਂ ਕੀਤਾ ਜਾਵੇ, ਪਰ ਸ਼ੋਰਟ ਹੋ ਹੀ ਨਹੀਂ ਰਿਹਾ ਸੀ, ਕਿਉਂਕਿ ਆਪਣੇ ਕੋਲ 16 ਪਰਫੋਰਮੈਂਸਾਂ ਆ ਜਿਹੜੀਆਂ ਡਿਫਰੈਂਟ ਡਰੈਸ, ਮਤਲਬ ਕਿ ਹਰ ਇੱਕ ਕਲਰ ਦੀ ਅਲੱਗ ਡਰੈਸ, ਅਲੱਗ ਪਰਫੋਰਮੈਂਸ, ਮਤਲਬ ਕਿ ਬਾਹਲਾ ਕੁਛ ਆ। ਲੇਟ ਵਾਲੀ ਆਪਸ਼ਨ ਸਾਡੇ ਕੋਲ ਹੈ ਨਹੀਂ ਤਾਂ ਫਿਰ ਸਾਨੂੰ ਗਾਲਾਂ ਪੈਣਗੀਆਂ ਫੈਮਲੀਆਂ ਕੋਲੋਂ ਵੀ ਸਾਡੇ ਬੱਚਿਆਂ ਨੂੰ ਤੁਸੀਂ ਕੱਦ ਦਾ ਬਿਠਾਇਆ ਹੈ ਨਾ, ਅਤੇ ਫੈਮਲੀ ਇੰਨੀ ਸਪੋਰਟ ਕਰਦੀਆਂ ਅਤੇ, ਪਰ ਸ਼ੁਰੂ ਹੋਊਗਾ ਟਾਈਮ 'ਤੇ ਹੀ, ਅਤੇ ਰਿਕੁਐਸਟ ਆ ਫੈਮਲੀਆਂ ਨੂੰ ਪਲੀਜ਼ ਰਿਕੁਐਸਟ ਪੂਰੇ ਔਨ ਟਾਈਮ ਜੇ ਆ ਜਾਓ
ਤਾਂ ਕਿਆ ਹੀ ਬਾਤ ਹੋ ਗਈ ਫਿਰ ਜੇ ਨਾ ਵੀ ਆਉਂ ਅਸੀਂ ਸ਼ੁਰੂ ਕਰ ਦਾਂਗੇ ਅਸੀਂ ਕਰ ਦਾਂਗੇ ਇਹ ਐਟੀਟਿਊਡ ਰੱਖੋ ਅਸੀਂ ਲਾਸਟ ਟਾਈਮ ਵੀ ਕਰਤਾ ਸੀਗਾ ਅਸੀਂ ਹਾਂਜੀ ਲਾਸਟ ਟਾਈਮ ਵੀ ਮੈਨੂੰ ਲੱਗਦਾ ਅਸੀਂ ਸ਼ਾਇਦ ਹੋ ਸਕਦਾ 5 ਜਾਂ 10 ਮਿੰਟਸ ਲੇਟ ਸ਼ੁਰੂ ਕੀਤਾ ਹੋਣਾ ਪਰ ਅਸੀਂ ਕਰਤਾ ਸੀਗਾ ਲਾਸਟ ਟਾਈਮ ਕਿਉਂਕਿ ਸਾਨੂੰ ਪਤਾ ਸੀਗਾ ਜੇ ਅਸੀਂ ਟਾਈਮ ਤੇ ਸ਼ੁਰੂ ਨਹੀਂ ਕਰਾਂਗੇ ਟਾਈਮ ਤੇ ਖਤਮ ਵੀ ਨਹੀਂ ਹੋਣਾ ਉਹ ਜੀ ਜੀ ਨਹੀਂ ਬਹੁਤ ਵਧੀਆ ਹੋਰ ਕੋਈ ਅਪਡੇਟ ਦੇਣੀ ਚਾਹੋ ਹੋਰ ਅਪਡੇਟ ਜਿਹੜਾ ਅਵਾਰਡ ਦੇ ਰਹੇ ਹਾਂ ਅਸੀਂ ਉਹ ਕਿਉਂ ਦੇ ਰਹੇ ਹਾਂ ਉਹਦੀ ਵੀ ਇੱਕ ਵੀਡੀਓ ਉੱਥੇ ਦਿਖਾਵਾਂਗੇ ਚਲਾ ਕੇ ਵੀ ਆਹ ਕਾਰਨ ਕਰਕੇ ਦੇ ਰਹੇ ਹਾਂ ਕਿਉਂਕਿ ਆਪਾਂ ਮੂੰਹ ਜ਼ਬਾਨੀ ਤਾਂ ਨਹੀਂ ਆਪਾਂ ਕਹਿਣਾ ਵੀ ਇਸ ਵੀ ਸਾਨੂੰ ਆਹ ਇਹਨੂੰ ਦੇ ਰਹੇ ਹਾਂ ਜੀ ਅਸੀਂ ਅਤੇ ਉਹ ਵੈਸੇ ਉਹ ਅਵਾਰਡ ਦਾ ਕੋਈ ਉਹਨੂੰ ਜਿਹਨੂੰ ਜਿਸ ਪਰਸਨ ਨੂੰ ਦੇ ਰਹੇ ਉਹਨੂੰ ਕੋਈ ਇੱਡਾ ਵੀ ਬੈਨੀਫਿਟ ਨਹੀਂ ਹੈਗਾ ਵੀ ਅਸੀਂ ਸਾਡੇ ਅਵਾਰਡ ਨਾਲ ਉਹਨੂੰ ਕੀ ਮਿਲਣਾ ਵੀ ਅਸੀਂ ਕਿਹੜਾ ਕੋਈ ਪੈਸੇ ਦੇ ਰਹੇ ਹਾਂ ਕੁਛ ਨਹੀਂ ਹੈਗਾ ਉਹ ਜਸਟ ਇਹ ਵੀ ਚਲੋ ਜਿੰਨੇ ਲੋਕ ਉੱਥੇ ਆਏ ਆ ਬੈਠੇ ਆ ਐਡੀਲੇਡ 'ਚ ਚਲੋ ਵੀਡੀਓ ਪੈ ਜੂਗੀ ਵੀ ਇਹ ਡਿਜ਼ਰਵ ਕਰ ਰਿਹਾ ਸੀ ਇਨਸਾਨ ਅਤੇ ਬਸ ਇਹੀ ਆ ਕਾਫੀ ਲੋਕਾਂ ਦੇ ਜਿਵੇਂ ਮੈਸੇਜ ਆ ਗਏ ਕਿ ਵੀ ਉਹ ਬੰਦੇ ਕਹਿੰਦੇ ਵੀ ਆਹ ਬੰਦੇ ਦਾ ਨਾਮ ਸਹੀ ਪੁੱਛਦੇ ਵੀ ਵਜ੍ਹਾ ਕੀ ਹੈ ਜੀ ਕਿਉਂਕਿ ਸਾਨੂੰ ਰੀਜ਼ਨਿੰਗ ਦਿਓ ਵੀ ਕਿਉਂ ਫਿਰ ਉਹ ਲੋਕੀ ਦੱਸ ਦਿੰਦੇ ਕਿ ਵੀ ਆਹ ਵਜ੍ਹਾ ਕਰਕੇ ਫਿਰ ਉਸ ਚੀਜ਼ ਤੇ ਆਪਾਂ ਕਾਫੀ ਗੌਰ ਫਰਮਾ ਰਹੇ ਹਾਂ ਕਿ ਵੀ ਯਾਰ ਅੱਛਾ ਆਹ ਆਪਣੇ ਕੋਲ ਆਹ 4-5 ਨਾਮ ਆ ਰਹੇ ਨੇ ਜੀ ਜੀ ਜਿਹਨਾਂ ਵਿੱਚੋਂ ਆਹ ਨਾਮ ਇੱਕ ਜ਼ਿਆਦਾ ਆ ਰਿਹਾ ਵੀ ਉਹਦੇ ਪਿੱਛੇ ਆਹ ਵਜ੍ਹਾ ਜੀ ਜੀ ਠੀਕ ਹੈ ਨਾ ਜੀ ਅਤੇ ਉਸ ਚੀਜ਼ ਨੂੰ ਆਪਾਂ ਦੇਖ ਕੇ ਚੱਲ ਰਹੇ ਨੇ ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਅਤੇ ਜਿਹੜੀ ਇੱਕ ਗੱਲ ਆਪਾਂ ਪਾਰਕਿੰਗ ਦੀ ਥੋੜ੍ਹੀ ਜਿਹੀ ਮੈਂ ਇੱਥੇ ਗੱਲ ਕਰਨੀ ਚਾਹੂੰਗਾ ਇਸ ਵੈਨਿਊ ਤੇ ਪਾਰਕਿੰਗ ਦੀ ਕੀ ਕੰਡੀਸ਼ਨ ਆ ਤੁਹਾਨੂੰ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਆ ਜੀ ਕੋਈ ਪ੍ਰੋਬਲਮ ਨਹੀਂ ਬਹੁਤ ਖੁੱਲੀ ਪਾਰਕਿੰਗ ਹੈ ਜੀ ਉੱਥੇ ਤੁਸੀਂ ਮੈਨੂੰ ਲੱਗਦਾ ਕਿ ਉੱਥੇ 200-300 ਗੱਡੀ ਲਾ ਦਿਓ ਜੀ ਜ਼ਿਆਦਾ ਹੀ ਬਜੇ ਸੋ ਕਾਰਨ ਇਹ ਆ ਵੀ ਪਾਰਕਿੰਗ ਵੀ ਲੱਗ ਜੂਗੀ ਪਰ ਪਿਛਲੇ ਇੱਕ ਸ਼ੋਅ ਦੀ ਨਾ ਸਾਡੇ ਕੋਲ ਕੰਪਲੇਂਟ ਆਈ ਅਤੇ ਲੋਕਾਂ ਨੇ ਬਹੁਤ ਹੀ ਕਮੈਂਟ ਕੀਤਾ ਵੀ ਜ਼ਰੂਰ ਤੁਸੀਂ ਆਪਦੇ ਮੀਡੀਆ ਜ਼ਰੀਏ ਅੱਜ ਕੱਲ੍ਹ ਵੈਸੇ ਤਾਂ ਮੀਡੀਆ ਪਾਵਰ ਹਰ ਕੋਲ ਆ ਪਰ ਫਿਰ ਵੀ ਚਲੋ ਇੱਕ ਅਫੀਸ਼ੀਅਲ ਤੌਰ ਦੇ ਉੱਤੇ ਜੇ ਕੰਮ ਕਰ ਰਹੇ ਹਾਂ ਤਾਂ ਅਗਲਾ ਥੋੜ੍ਹੀ ਜਿਹੀ ਆਸ ਕਰਦਾ ਸੀ ਗੱਲ ਕਰੀਏ ਪਾਰਕਿੰਗ ਲੱਗ ਗਈ ਸਾਰਾ ਕੁਛ ਹੋ ਗਿਆ ਪਰ ਜਦੋਂ ਫਿਨਿਸ਼ ਹੋਇਆ ਪ੍ਰੋਗਰਾਮ ਖਤਮ ਹੋਇਆ ਬਾਰਿਸ ਬ੍ਰਦਰ ਦਾ ਹੀ ਗੱਲ ਚੱਲੀ ਪਿਛਲੇ ਦਿਨੀ ਤਾਂ ਆਪਣੇ ਬੰਦਿਆਂ ਨੇ ਇੱਕ ਦੂਜੇ 'ਚ ਇੱਦਾਂ ਕਾਰਾਂ ਫਸਾ ਲਈਆਂ ਵੀ ਬਹੁਤ ਜ਼ਿਆਦਾ ਕਹਿੰਦੇ ਉੱਥੇ ਲੋਕ ਅਪਸੈਟ ਹੋਏ ਹੋਰਨ ਵੱਜੇ ਇੱਧਰੋਂ ਉੱਧਰੋਂ ਗੱਲਾਂ ਵੀ ਸੁਣਨੀਆਂ ਪਈਆਂ ਸੋ ਇਹ ਵੀ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੀ ਜੇਕਰ ਪ੍ਰਬੰਧਕ ਤੁਹਾਨੂੰ ਬਹੁਤ ਵਧੀਆ ਵੈਨਿਊ ਦੇ ਰਹੇ ਆ ਬਹੁਤ ਵਧੀਆ ਪਾਰਕਿੰਗ ਦੇ ਰਹੇ ਆ ਅਤੇ ਸਲੀਕਾ ਤਾਂ ਅਸੀਂ ਆਪ ਹੀ ਵਰਤਣਾ ਨਾ ਪ੍ਰਬੰਧਕ ਨੂੰ ਸਲੀਕਾ ਤਾਂ ਸਾਨੂੰ ਦੇਣੋ ਰਹੇ ਹਾਂ ਅਸੀਂ ਸਾਡੇ 'ਚ ਇੱਕ ਕਮੀ ਆ ਜੇ ਹੀ ਕਿਤੇ ਇਵੈਂਟ ਗੋਰਿਆਂ ਦਾ ਜਾਂ ਕੁਛ ਉਹ ਹੋਊਗਾ ਤਾਂ ਉੱਥੇ ਅਸੀਂ ਸਾਰੇ ਸਿਆਣੇ ਹੋ ਜਾਂਦੇ ਸੋ ਗੱਲਾਂ ਬਾਤਾਂ ਤਾਂ ਬਹੁਤ ਸਾਰੀਆਂ ਜਾਣ ਰਹੇ ਹਾਂ ਅਤੇ ਜਾਣਨੀਆਂ ਵੀ ਚਾਹੁੰਦੇ ਹਾਂ ਪਰ ਮੇਰਾ ਮਕਸਦ ਆਪਾਂ ਟੂ ਦੀ ਪੁਆਇੰਟ ਜੀ ਰਹਿ ਕੇ ਅਤੇ ਇਹਦੇ ਆਪਾਂ ਜਿਹੜੀਆਂ ਜ਼ਰੂਰੀ ਗੱਲਾਂ ਜਾਣ ਲਈਏ ਅਤੇ ਜ਼ਰੂਰੀ ਗੱਲਾਂ ਦੇ ਵਿੱਚ ਟਿਕਟ ਸਭ ਤੋਂ ਜ਼ਰੂਰੀ ਚੀਜ਼ ਆ ਕਿਉਂਕਿ ਕਈ ਵਾਰ ਕੀ ਹੁੰਦਾ ਮੌਕੇ 'ਤੇ ਅਸੀਂ ਆ ਕੇ ਟਿਕਟ ਲੈਣਾ ਚਾਹੁੰਦੇ ਹਾਂ ਅਤੇ ਪਰ ਬਾਅਦ 'ਚ ਪਤਾ ਲੱਗਦਾ ਹਾਊਸਫੁੱਲ ਹੋ ਗਿਆ ਕਿਉਂਕਿ ਮੈਂ ਪਿਛਲਾ ਇਹਨਾਂ ਦੀ ਹਿਸਟਰੀ ਦੇਖ ਕੇ ਮੈਨੂੰ ਪਤਾ ਵੀ ਪਿਛਲੇ ਇਹਨਾਂ ਦੇ ਕਈ ਵਾਰ ਹੋ ਗਿਆ ਵੀ ਹਾਲ ਦੇ ਵਿੱਚ ਕੁਰਸੀ ਨਹੀਂ ਹੁੰਦੀ ਸੀ ਬੈਠਣ ਨੂੰ ਥਾਂ ਨਹੀਂ ਹੁੰਦਾ ਸੀ ਸੋ ਸਾਡੇ ਨਾਲ ਹੁਣ ਥੋੜ੍ਹੀ ਜਿਹੀ ਤਬਦੀਲੀ ਆਈ ਆ ਪ੍ਰਭ ਜੁੜੇ ਆ ਬਾਈ ਪ੍ਰਭ ਰਾਜਪੂਤ ਅਤੇ ਉਹ ਦੇਖ ਰਹੇ ਆ ਇਹ ਸਾਰਾ ਸੈਕਸ਼ਨ ਪ੍ਰਭ ਬਾਈ ਪਹਿਲਾਂ ਤੁਹਾਡਾ ਸਵਾਗਤ ਆ ਟਿਕਟਾਂ ਬਾਰੇ ਕੀ ਚੱਲ ਰਹੀ ਆ ਹੁਣ ਕੀ ਹੈਗੀ ਪ੍ਰੋਗਰੈਸ ਭਾਜੀ ਟਿਕਟਾਂ ਬਾਰੇ ਮੈਂ ਦੱਸਣਾ ਚਾਹੂੰਗਾ ਜੀ ਅਸੀਂ ਸਟਾਰਟ ਕੀਤਾ ਪਲੈਟਫਾਰਮ ਦਾ ਨਾਮ ਹੈ ਗੋਲਡ ਟਿਕਟਸ ਜਿਹੜਾ ਕਿ ਅਸੀਂ ਵਿਰਸਾ ਨਾਈਟ 2024 ਤੋਂ ਸਟਾਰਟ ਕੀਤਾ ਅਤੇ ਇਹ ਟਿਕਟਾਂ ਮੈਂ ਬਹੁਤ ਇੱਦਾਂ ਕਹੂੰਗਾ ਕਿ ਟਿਕਟਾਂ ਬਹੁਤ ਧੜਾਧੜ ਵਿਕ ਰਹੀਆਂ ਨੇ ਜੀ ਸਾਡਾ 80% ਫੁੱਲ ਹੋ ਚੁੱਕਾ ਆਲਰੇਡੀ ਠੀਕ ਹੈ ਜੀ 2 ਦਿਨ ਰਹਿ ਗਏ ਆ ਪਲੀਜ਼ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਪਲੀਜ਼ ਤੁਸੀਂ ਔਨਲਾਈਨ ਲੈ ਸਕਦੇ ਹੋ ਟਿਕਟਾਂ ਜੇ ਤੁਸੀਂ ਆ ਕੇ ਐਟ ਦਾ ਟਾਈਮ ਤੁਸੀਂ ਗੇਟ 'ਤੇ ਲੈਣਾ ਚਾਹੋ ਉੱਥੇ ਵੀ ਫੈਸਿਲਿਟੀ ਅਵੇਲੇਬਲ ਹੈ ਤੁਸੀਂ ਉੱਥੇ ਵੀ ਲੈ ਸਕਦੇ ਹੋ ਤੁਸੀਂ ਸਾਡੀ ਅਕੈਡਮੀ ਨੂੰ ਕਾਲ ਕਰੋ ਤੁਸੀਂ ਅਕੈਡਮੀ ਆ ਕੇ ਵੀ ਟਿਕਟਾਂ ਲੈ ਸਕਦੇ ਹੋ ਠੀਕ ਹੈ ਜੀ $25 ਟਿਕਟ ਦਾ ਪ੍ਰਾਈਜ਼ ਹੈ ਜੀ ਠੀਕ ਹੈ ਜਿਹਦੇ 'ਚ ਤੁਹਾਨੂੰ ਪੰਜਾਬ ਦੇ
ਵੱਖਰੇ ਵੱਖਰੇ ਲੋਕ ਨਾਚ ਆਪਣੇ ਪੰਜਾਬ ਦੇ ਰੰਗ ਦੇਖਣ ਨੂੰ ਮਿਲਣਗੇ, ਪਲੀਜ਼ ਤੁਸੀਂ ਇਹ ਮਿਸ ਨਾ ਕਰਿਓ। ਬਿਲਕੁਲ ਜੀ, ਕਿਉਂਕਿ ਟਿਕਟ ਇੰਨੇ ਕੁ ਤਾਂ ਫਿਲਮ ਦੀ ਟਿਕਟ ਹੁੰਦੀ ਹੈ ਬੰਦੇ ਨੂੰ, ਅਤੇ ਪਰ ਇਹ ਤਾਂ ਕਿ ਲਾਈਵ ਅਤੇ ਇੰਨੇ ਜਾਣੇ ਲੋਕ ਜੁੜੇ ਆ ਜਿਹੜੇ ਤੁਹਾਨੂੰ ਪਰਫੋਰਮ ਕਰਨਗੇ। ਸੋ ਪੰਕਜ ਬਾਈ, ਆਪਾਂ ਤਕਰੀਬਨ ਹੁਣ ਤਕਰੀਬਨ ਸਾਰੀਆਂ ਚੀਜ਼ਾਂ ਜਾਣ ਲਈਆਂ, ਪਰ ਦੋ ਚੀਜ਼ਾਂ ਜ਼ਰੂਰ ਰਹਿ ਗਈਆਂ ਜਿਹੜੀਆਂ, ਇੱਕ ਤਾਂ ਵੈਨਿਊ ਬਾਰੇ ਸਾਰੀ ਦੱਸ ਦਿਓ, ਟਾਈਮ ਦੱਸ ਦਿੱਤਾ ਸੀ, ਅਤੇ ਇੱਕ ਇਹਦੇ ਪਿੱਛੇ ਜਿਹੜਾ ਇੱਕ ਕਹਿੰਦੇ ਨੇ ਮਿਆਉਂ, ਇਹ ਬਿਨਾਂ ਨਹੀਂ ਸਰਦਾ ਹੁੰਦਾ, ਉਹਦਾ ਕੀ ਹਿਸਾਬ ਕਿਤਾਬ ਆ? ਟਿਕਟਾਂ ਨਾਲ ਤਾਂ ਨਹੀਂ ਪੂਰੇ ਹੁੰਦੇ ਮੈਨੂੰ ਪਤਾ। ਹਾਂਜੀ, ਤੁਹਾਨੂੰ ਪਤਾ ਹੀ ਹੈ ਜੀ, ਆਹ ਵੈਨਿਊ ਜਿਹੜਾ ਹੈਗਾ ਜੀ, ਇਹਦੀ ਇਹ ਕਾਫੀ ਐਕਸਪੈਂਸਿਵ ਆ। ਅਸੀਂ ਇਹਨੂੰ ਇਸ ਲਈ ਕੀਤਾ ਬੇਸਿਕਲੀ ਹਾਇਰ, ਕਿਉਂਕਿ ਅਸੀਂ ਚਾਹੁੰਦੇ ਜਿਹੜੇ ਸਾਡੇ ਬੱਚੇ ਅਕੈਡਮੀ ਨੇ ਉਹਨਾਂ ਨੂੰ ਇੱਕ ਵਧੀਆ ਸਟੇਜ ਮਿਲੇ। ਹੁਣ ਜਿਹੜਾ ਉਹ ਵੈਨਿਊ ਆਪਣੇ ਪੰਜਾਬੀ ਸਾਰੇ ਜਾਣਦੇ ਅਡਲੇ ਡਾਲੇ ਵੀ ਉੱਥੇ ਇੰਡੀਆ ਤੋਂ ਜਿਹੜੇ ਟੌਪ ਦੇ ਉਹਦੇ ਸਿੰਗਰ ਨੇ ਨਾ, ਉਹ ਉੱਥੇ ਆ ਕੇ ਪਰਫੋਰਮ ਕਰਦੇ ਆ। ਅਤੇ ਮੈਨੂੰ ਲੱਗਦਾ ਕਿ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਆਪਾਂ ਇਹ, ਸਾਨੂੰ ਮਾਣ ਆਪਣੇ ਆਪ 'ਤੇ ਵੀ ਸਾਡੀ ਪਹਿਲੀ ਅਕੈਡਮੀ ਹੋਊਗੀ ਜਿਹੜੀ ਇੰਨੇ ਵੱਡੇ ਲੈਵਲ 'ਤੇ ਆਹ ਸ਼ੋਅ ਕਰਵਾਉਂਦੀ ਹੈ। ਅਤੇ ਬਾਕੀ ਰਹੀ ਪੈਸਿਆਂ ਦੀ ਗੱਲ, ਵੀ ਪੈਸੇ ਕਿੱਥੋਂ ਹੁੰਦੇ ਨੇ ਪੂਰੇ, ਅਸੀਂ ਭਾਅ ਜੀ ਕੋਸ਼ਿਸ਼ ਕਰਦੇ ਹਾਂ ਜਿੰਨੀ ਸਾਡੇ ਕੋਲ ਫੀਸਾਂ ਬੱਚਿਆਂ ਦੀ ਆਉਂਦੀਆਂ ਨੇ ਨਾ, ਜਿੰਨਾ ਖਰਚਾ ਸਾਡਾ ਨਿਕਲ ਜਾਂਦਾ, ਹਾਲ ਦੇ ਖਰਚੇ ਹੋ ਗਏ, ਰੈਂਟ ਹੋ ਗਿਆ, ਇੰਸ਼ੋਰੈਂਸਿਸ ਹੋ ਗਈਆਂ, ਸਾਰਾ ਕੁਛ, ਅਸੀਂ ਉਹ ਕਾਊਂਟਿੰਗ ਕਰਦੇ ਹੁੰਦੇ ਕਿ ਵੀ ਸਾਡੇ ਕੋਲ ਇੰਨੇ ਪੈਸੇ ਬਚ ਜਾਣੇ ਆ, ਫਿਰ ਆਪਾਂ ਦੇਖਦੇ ਵੀ ਇੰਨੇ ਪੈਸਿਆਂ ਵਿੱਚ ਉਹ ਹੱਲ ਹੋ ਜਾਂਦਾ ਕਿ ਨਹੀਂ ਹੋ ਜਾਂਦਾ, ਅਸੀਂ ਇਸ ਤਰ੍ਹਾਂ ਕਰਦੇ। ਫਿਰ ਜਦੋਂ ਸਾਨੂੰ ਪੈਸੇ ਥੋੜ੍ਹਦੇ ਨੇ, ਹੁਣ ਸਾਡੇ ਹੁਣ ਸਾਡੇ ਰੂਹ ਪੰਜਾਬ ਦੀ ਪਰਿਵਾਰ ਦੇ ਨਾਲ ਕਾਫੀ ਲੋਕ ਜੁੜੇ ਨੇ ਕਿੰਨੇ ਸਾਲਾਂ ਤੋਂ, ਉਹ ਸਾਨੂੰ ਆਪ ਹੀ ਅਪਰੋਚ ਕਰ ਲੈਂਦੇ ਨੇ, ਕਿਉਂਕਿ ਜਦੋਂ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਇੰਨਾ ਵੱਡਾ ਪੰਗਾ ਇਹਨਾਂ ਨੇ ਲੈ ਲਿਆ ਵੀ ਪੱਲੇ ਇਹਨਾਂ ਦੇ ਜ਼ਿਆਦਾ ਕੁਛ ਹੈਗਾ ਨਹੀਂ, ਤਾਂ ਸਾਨੂੰ ਆਪ ਹੀ ਪੁੱਛ ਲੈਂਦੇ ਹੁੰਦੇ ਨੇ ਕਿ ਵੀ ਕੋਈ ਸਾਨੂੰ ਲੋੜ ਹੋਵੇ, ਕਿਸੇ ਮਾਲੀ ਮਦਦ ਚਾਹੀਦੀ ਹੋਵੇ ਸਾਨੂੰ ਦੱਸ ਦਿਓ। ਅਤੇ ਉਹ ਸਭ ਜਿਹੜੇ ਹੈਗੇ ਨੇ ਸਾਡੇ ਬਹੁਤ ਸਾਰੇ ਸਪੋਰਟਰ ਜਿਹੜੇ ਸਾਡੇ ਪਰਿਵਾਰ ਦੇ ਨੇ, ਫਿਰ ਉਹਨਾਂ ਦੇ ਸਪੋਰਟ ਦੇ ਨਾਲ ਜੀ ਇਹ ਅਸੀਂ ਪ੍ਰੋਗਰਾਮ ਉਲੀਕ ਸਕੇ, ਨਹੀਂ ਤਾਂ ਉਹਨਾਂ ਦੇ ਬਿਨਾਂ ਪ੍ਰੋਗਰਾਮ ਅਸੀਂ ਕਰਾ ਨਹੀਂ ਸੀ ਸਕਦੇ। ਸਾਡੇ ਸਪੋਂਸਰਸ ਨਹੀਂ ਬਾਈ, ਸਾਡੇ ਸਪੋਰਟਰਸ ਹੀ ਹੈਗੇ, ਇਸੇ ਸਾਡੇ ਸਪੋਰਟਰ ਹੈ ਜੀ ਸਾਰੇ। ਹਾਂਜੀ, ਅਸਲ ਦੇ ਵਿੱਚ ਜੇ ਕਹੀਏ ਗੱਲ ਤਾਂ ਇਹ ਸਾਰ ਵੀ ਆ ਗੱਲ ਦਾ, ਅਤੇ ਮੈਂ ਇਸ ਚੀਜ਼ ਦਾ ਗਵਾਹ ਵੀ ਹਾਂ ਪਿਛਲੇ 8 ਸਾਲਾਂ ਤੋਂ। ਇਹਨਾਂ ਨੇ ਕਦੇ ਇਸ ਅਕੈਡਮੀ ਨੂੰ ਐਜ ਏ ਬਿਜ਼ਨਸ ਨਹੀਂ ਚਲਾਇਆ, ਇਸ ਨੂੰ ਇੱਕ ਪਰਿਵਾਰਕ ਅਕੈਡਮੀ ਬਣਾ ਕੇ ਚਲਾਇਆ, ਅਤੇ ਅੱਜ ਤਾਂ ਹੀ ਇਹਨਾਂ ਦੇ ਐਡੇ ਐਡੇ ਜਿਹੇ ਪ੍ਰੋਗਰਾਮ ਹੁੰਦੇ ਆ, ਤਾਂ ਇਹਨਾਂ ਨੂੰ ਸਪੋਂਸਰ ਲੱਭਣੇ ਨਹੀਂ ਪੈਂਦੇ, ਸਾਰੇ ਪਰਿਵਾਰ ਹੀ ਮਦਦ ਕਰਦੇ ਆ ਅਤੇ ਉਹ ਇਸ ਨੂੰ ਕਰਾ ਲੈਂਦੇ ਆ। ਬੜਾ ਚੰਗਾ ਲੱਗਿਆ ਤੁਸੀਂ ਸਾਰੇ ਜਣੇ ਸਟੂਡੀਓ 'ਚ ਆਏ ਅਤੇ ਅਪਡੇਟ ਦਿੱਤੀ, ਅਤੇ ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ ਅੱਜ ਛੇਤੀ ਤੋਂ ਛੇਤੀ ਅਸੀਂ ਵੀ ਜਿਹੜਾ ਉਹ ਰੰਗਲੀ ਰਾਤ ਦਾ ਜਿਹੜਾ ਆਨੰਦ ਮਾਣੀਏ। ਸੋ ਮਿਲਦੇ ਹਾਂ ਜੀ ਫਿਰ ਉਸ ਤੋਂ ਬਾਅਦ ਦੀ ਸਮੀਖਿਆ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।